ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਰੋਜ਼ ਕੈਨੇਡਾ ਦੇ ਵੀਜ਼ਾ ਤੁਹਾਨੂੰ ਦਿਖਾ ਰਹੇ ਹਾਂ। ਅੱਜ ਇੱਕ ਵਾਰ ਫਿਰ ਤੋਂ ਤਰਨਪ੍ਰੀਤ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਗ੍ਰਾਂਟ ਹੋਇਆ। ਸੋ ਬਹੁਤ ਬਹੁਤ ਮੁਬਾਰਕਾਂ ਮੈਡਮ, ਮੁਬਾਰਕਾਂ ਜੀ ਤੁਹਾਨੂੰ। ਤੁਹਾਡੀ ਕੀ ਸਟੱਡੀ ਸੀਗੀ? ਸਰ ਮੈਂ ਪਲੱਸ 2 ਕੀਤੀ ਆ 2021 ਵਿੱਚ, ਕਮਰਸ ਸਟ੍ਰੀਮ ਸੀ ਮੇਰੀ। ਓਕੇ, ਆਈਲਸ ਸਕੋਰ ਕੀ ਸੀਗੇ? ਤੇ ਮੇਰੇ ਓਵਰਆਲ 6.5 ਬੈਂਡ ਸੀ। ਠੀਕ ਹੈ ਜੀ। ਤੇ ਤੁਹਾਡੀ ਰਿਫਿਊਜ਼ਲਸ ਵੀ ਸੀਗੀਆਂ, ਕਿੰਨੀਆਂ ਰਿਫਿਊਜ਼ਲਸ ਸੀਗੀਆਂ? ਹਾਂਜੀ, ਮੇਰੀਆਂ 3 ਰਿਫਿਊਜ਼ਲ ਸੀ। ਓਕੇ, ਐਂਡ ਉਹ ਏਜੰਟ ਨੇ ਸਾਨੂੰ ਬਥੇਰਾ ਖਰਾਬ ਕੀਤਾ, ਸਾਡੇ ਪੈਸੇ ਵੀ ਕਾਫੀ ਵੇਸਟ ਹੋਏ। ਉਸ ਤੋਂ ਬਾਅਦ ਸਾਨੂੰ ਮਤਲਬ ਤੁਹਾਡੀ ਐਡ ਵੀ ਅਸੀਂ ਦੇਖੀ ਸੀ ਇੰਸਟਾਗ੍ਰਾਮ ਤੇ, ਤੇ ਉਸ ਤੋਂ ਬਾਅਦ ਅਸੀਂ ਇੱਥੇ ਵਿਜ਼ਿਟ ਕੀਤਾ ਐਂਡ ਸਾਨੂੰ ਤੁਹਾਡੀ ਸਰਵਿਸ ਬਹੁਤ ਵਧੀਆ ਲੱਗੀ ਤੇ ਐਂਡ ਫਾਈਨਲੀ ਮੈਂ ਆਪਣਾ ਵੀਜ਼ਾ ਰਿਸੀਵ ਕੀਤਾ। ਸੋ ਤੁਸੀਂ ਕੋਈ ਰეკਮੈਂਡ ਕਰਨਾ ਚਾਹੁੰਦੇ ਹੋ ਸਾਰਿਆਂ ਨੂੰ? ਬਹੁਤ ਵਧੀਆ ਜੀ, ਔਨ ਗਲੋਬਲ ਤੁਸੀਂ ਵੀ ਸਾਰੇ ਆਓ, ਲੱਗੇਗਾ ਪਰ ਬਾਅਦ ਦੇ ਵਿੱਚ 3-3 ਰਿਫਿਊਜ਼ਲਾਂ ਤੋਂ ਬਾਅਦ ਨਾ ਪੈਸੇ ਮੋੜ ਰਹੇ ਆ ਤੇ ਨਾ ਬੱਚੇ ਨੂੰ ਰਿਫਿਊਜ਼ਲ ਲੈਟਰ ਜਾਂ ਕੋਈ ਵੀ ਡਾਕੂਮੈਂਟ ਦੇ ਰਹੇ ਆ। ਸੋ ਓਨ ਗਲੋਬਲ ਦੇ ਵਿੱਚ ਬੱਚਾ ਆਉਂਦਾ, ਪੈਸੇ ਉਦੋਂ ਲਵਾਂਗੇ ਜਦੋਂ ਤੁਹਾਡਾ ਸਾਰਿਆਂ ਦਾ ਵੀਜ਼ਾ ਗ੍ਰਾਂਟ ਹੋਏਗਾ, ਉਸ ਤੋਂ ਪਹਿਲਾਂ ਅਸੀਂ ਕੋਈ ਪੈਸਾ ਨਹੀਂ ਲੈਂਦੇ। ਸੋ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਮੁਬਾਰਕਾਂ ਤਰਨਪ੍ਰੀਤ ਨੂੰ। ਜੇਕਰ ਕਿਸੇ ਨੇ ਵੀ ਕੈਨੇਡਾ ਜਾਣਾ, ਕੋਈ ਵੀ ਕੰਟਰੀ ਜਾਣਾ, ਕੋਈ ਰਿਫਿਊਜ਼ਲ ਆ, 1, 2, 3 ਜਾਂ 5 ਆ, ਤਾਂ ਓਮ ਗਲੋਬਲ ਦੀ ਕੋਈ ਵੀ ਬ੍ਰਾਂਚ ਦੇ ਵਿੱਚ ਜਾ ਕੇ ਵਿਜ਼ਿਟ ਕਰੋ ਤੇ ਆਪਣੀ ਫਾਈਲ ਅਸੈਸਮੈਂਟ ਕਰਵਾ ਕੇ ਪ੍ਰੋਸੈਸ ਕਰਵਾਓ। ਧੰਨਵਾਦ।